कहो नानक करते किया बाता करते किया बाता। जदों किरत विरत कर धर्म दी लै प्रसाद आण वरतंदा गुरसिखां नूं दे कर पिछों बचिया आप खवंदा दी गल करदे आ ना, इह सरबत दे भले दी बात है सज्जणो। चेते रखियो जिहड़ा लफ़ज़ आपां वरतदे आ ना, नानक नाम चढ़दी कला तेरे भाणे सरबत दा भला। मैं बेनती करिया करदा इह जिहड़ा सरबत दा भला शब्द है सज्जणो, इहदे तों पहलां तीन लफ़ज़ होर वा किहड़े किहड़े भला। ਜਿਹੜਾ ਅੱਜ ਕਹਿੰਦੇ ਜੇ ਨਾ ਸਿੱਖ ਸਰਬੱਤ ਦਾ ਭਲਾ ਮੰਗਦਾ ਵਾ, ਸਰਬੱਤ ਦਾ ਭਲਾ ਕਰਦਾ ਵਾ, ਇਹ ਚੇਤੇ 'ਚ ਰੱਖਣਾ। ਇਹਦੇ ਤੋਂ ਪਹਿਲਾਂ ਤਿੰਨ ਸ਼ਬਦ ਹੋ ਰਿਹਾ, ਅਗਰ ਉਹ ਤਿੰਨ ਸ਼ਬਦ ਸਾਡੇ ਜੀਵਨ ਵਿੱਚ ਉਤਰਨਗੇ ਤਾਂ ਤੂੰ ਸਰਬੱਤ ਦਾ ਭਲਾ ਕਰ ਸਕਦਾ ਅਤੇ ਸਰਬੱਤ ਦਾ ਭਲਾ ਮੰਗ ਸਕਦਾ ਵਾਂ। ਮਾਫ਼ ਕਰਿਓ, ਅੱਜ ਕਿਹੜਾ ਸਿੱਖ ਆ ਜਿਹੜਾ ਅਰਦਾਸ ਦੇ ਵਿੱਚ ਖੜ੍ਹਾ ਹੋਵੇ ਅਤੇ ਉਹ ਇਸ ਗੱਲ ਨਾਲ ਸਹਿਮਤ ਨਹੀਂ ਆ ਵੀ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਰਬੱਤ ਦਾ ਭਲਾ ਕਹਿੰਦਾ ਤਾਂ ਹੈ, ਸਰਬੱਤ ਦਾ ਭਲਾ ਕਰਦਾ ਕਿਉਂ ਨਹੀਂ ਗਾ? ਸਰਬੱਤ ਦਾ ਭਲਾ ਤੇਰੇ ਅੰਦਰ ਆਇਆ ਕਿਉਂ ਨਹੀਂ ਗਾ? ਤੂੰ ਤਾਂ ਆਪਣਿਆਂ ਦਾ ਭਲਾ ਨਹੀਂ ਕਰ ਸਕਦਾ, ਸਾਰੀ ਖਲਕਤ ਦਾ ਸਾਰੇ ਸੰਸਾਰ ਦਾ ਭਲਾ ਕਦੋਂ ਕਰੇਗਾ? ਇਹਦੇ ਤੋਂ ਪਹਿਲਾਂ ਤਿੰਨ ਸ਼ਬਦ ਜੇ ਧਿਆਨ ਨਾਲ ਸੁਣਿਓ ਜੀ, ਰੋਜ਼ ਅਰਦਾਸ 'ਚ ਪੜ੍ਹਨ ਵਾਲੇ, ਇਹ ਨਹੀਂ ਕਿਤੇ ਬਣਾਈ ਹੋਈ ਗੱਲ, ਰੋਜ਼ ਜਿਹੜੇ ਸ਼ਬਦ ਆਪਾਂ ਪੜ੍ਹਦੇ ਹਾਂ, ਬਚਨ ਇੱਕ ਵਾਰੀ ਫਿਰ ਸੁਣ ਲੈਣੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਹਿਲਾਂ ਤੇਰੇ ਅੰਦਰ ਹੋਵੇ ਪਰਮੇਸ਼ੁਰ ਦਾ ਨਾਮ, ਨਾਨਕ ਨਾਮ, ਪਹਿਲਾਂ ਤੇਰੇ ਅੰਦਰ ਹੋਵੇ ਪਰਮੇਸ਼ੁਰ ਦਾ ਨਾਮ, ਅਤੇ ਨਾਮ ਦੁਆਰਾ ਆਵੇ ਚੜ੍ਹਦੀ ਕਲਾ। ਧਿਆਨ ਨਾਲ ਸੁਣੀ ਜਾਇਓ ਬਚਨ, ਨਾਨਕ ਨਾਮ, ਨਾਮ ਤੋਂ ਬਾਅਦ ਕੀ ਹੈ? ਚੜ੍ਹਦੀ ਕਲਾ। ਪਰਮੇਸ਼ੁਰ ਦੇ ਨਾਮ ਦੁਆਰਾ ਤੇਰੇ ਅੰਦਰ ਹੋਵੇ ਚੜ੍ਹਦੀ ਕਲਾ, ਅਤੇ ਚੜ੍ਹਦੀ ਕਲਾ ਤੋਂ ਬਾਅਦ ਤੀਜਾ ਗੁਣ ਹੋਵੇ ਤੇਰੇ ਭਾਣੇ, ਪਰਮਾਤਮਾ ਦੇ ਭਾਣੇ 'ਚ ਆ ਜਾਵੇ, ਪਰਮੇਸ਼ੁਰ ਦੀ ਰਜ਼ਾ 'ਚ ਉਹਦੇ ਹੁਕਮ 'ਚ ਆ ਜਾਵੇ, ਚੌਥੇ ਨੰਬਰ 'ਤੇ ਆ ਸਰਬੱਤ ਦਾ ਭਲਾ। ਨਾ ਅੰਦਰ ਪਰਮੇਸ਼ੁਰ ਦਾ ਨਾਮ ਟਿਕਿਆ, ਨਾ ਹੀ ਨਾਮ ਦੁਆਰਾ ਚੜ੍ਹਦੀ ਕਲਾ ਆਈ, ਨਾ ਰੱਬ ਦੇ ਭਾਣੇ 'ਚ ਆਇਆ, ਸਰਬੱਤ ਦਾ ਭਲਾ ਕਿੱਥੇ ਕਰੇਗਾ? ਸਰਬੱਤ ਦਾ ਭਲਾ ਤਾਂ ਚੌਥੇ ਨੰਬਰ 'ਤੇ ਆ, ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਨਾਮ ਆ ਅਤੇ ਨਾਮ ਵਿੱਚ ਜੁੜ ਕੇ ਜਿਨ੍ਹਾਂ ਨੂੰ ਮਿਲ ਗਈ ਆ ਚੜ੍ਹਦੀ ਕਲਾ, ਅਤੇ ਜਿਹੜੇ ਆ ਗਏ ਆ ਪਰਮਾਤਮਾ ਦੇ ਭਾਣੇ 'ਚ, ਉਹ ਕਹਿੰਦੇ ਆ ਸਰਬੱਤ ਦਾ ਭਲਾ। ਉਹ ਸਾਰੇ ਦੇ ਸਾਰੇ ਸੰਸਾਰ ਦਾ ਭਲਾ ਮੰਗਣ ਵਾਲੇ ਉਹ ਲੋਕ ਆ, ਜਿੰਨੀ ਦੇਰ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਸੱਜਣਾ ਤੇਰੀ ਸੁਰਤ ਨਹੀਂ ਜੁੜੀ, ਮਾਫ਼ ਕਰਨਾ, ਓਨੀ ਦੇਰ ਸਰਬੱਤ ਦਾ ਭਲਾ ਨਹੀਂ ਕੀਤਾ ਜਾ ਸਕਦਾ। ਜ਼ਬਾਨ ਤੋਂ ਆਖੀ ਜਾਵਾਂਗੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ, ਇਹ ਜੀਵਨ 'ਚ ਕਦੋਂ ਉਤਰੇਗੀ ਬਾਤ ਭਲਾ? ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਨਾ ਕੋ ਬੈਰੀ, ਮੇਰਾ ਤਾਂ ਵੈਰੀ ਕੋਈ ਨਹੀਂ ਗਾ, ਮੇਰਾ ਤਾਂ ਦੁਸ਼ਮਣ ਹੀ ਕੋਈ ਨਹੀਂ ਗਾ, ਸਰਬੱਤ ਦਾ ਭਲਾ ਕਦੋਂ ਕਰੇਗਾ? ਜੇ ਤੂੰ ਆਖੇ ਆਹ ਮੇਰਾ ਮਿੱਤਰ ਆ, ਆਹ ਮੇਰਾ ਦੁਸ਼ਮਣ ਆ, ਮਿੱਤਰ ਦਾ ਭਲਾ ਕਰੇਗਾ, ਵੈਰੀ ਦਾ ਭਲਾ ਕਰ ਸਕਦਾ? ਜੇ ਤੂੰ ਆਖੇ ਆਹ ਮੇਰਾ ਆਪਣਾ ਆ ਅਤੇ ਆਹ ਬੇਗਾਨਾ ਆ, ਆਪਣੇ ਦਾ ਭਲਾ ਤਾਂ ਕਰੇਗਾ, ਬੇਗਾਨੇ ਦਾ ਕਿਹਨੇ ਕਰਨਾ? ਸਰਬੱਤ ਦਾ ਭਲਾ ਸੱਜਣਾ ਉਸ ਦਿਨ ਹੋਣਾ ਜਿਸ ਦਿਨ ਤੇਰੇ ਲਈ ਬੇਗਾਨਾ ਰਹਿ ਹੀ ਕੋਈ ਨਹੀਂ ਗਿਆ, ਸਰਬੱਤ ਦਾ ਭਲਾ ਉਸ ਦਿਨ ਕਰੇਗਾ ਜਿਸ ਦਿਨ ਤੇਰੇ ਲਈ ਓਪਰਾ ਰਹਿ ਹੀ ਕੋਈ ਨਹੀਂ ਗਿਆ, ਸਰਬੱਤ ਦਾ ਭਲਾ ਉਸ ਦਿਨ ਕਰੇਗਾ ਜਿਸ ਦਿਨ ਤੇਰੇ ਲਈ ਪਰਾਏ ਵਾਲੀ ਬਿਰਤੀ ਖਤਮ ਹੋ ਗਈ ਆ, ਵੀ ਆਹ ਪਰਾਇਆ ਵਾ, ਆਹ ਬੇਗਾਨਾ ਆ, ਆਹ ਓਪਰਾ ਆ ਅਤੇ ਆਹ ਮੇਰਾ। ਜਦੋਂ ਸਾਰੇ ਦਾ ਸਾਰਾ ਸੰਸਾਰ ਤੂੰ ਆਪਣਾ ਸਮਝਣ ਲੱਗ ਪਏਗਾ, ਸਾਰਾ ਸੰਸਾਰ ਮੇਰਾ ਵਾ ਅਤੇ ਮੈਂ ਸਾਰੇ ਸੰਸਾਰ ਦਾ ਆ, ਇਹ ਸਾਰੀ ਦੁਨੀਆ ਮੇਰੀ ਆ ਅਤੇ ਮੈਂ ਸਾਰੀ ਦੁਨੀਆ ਦਾ ਆ, ਇਹ ਰੱਬ ਨਿਰੰਕਾਰ ਪਰਮਾਤਮਾ ਮੇਰਾ ਵਾ, ਮੈਂ ਪਰਮਾਤਮਾ ਦਾ ਵਾਂ, ਗੁਰੂ ਨਾਨਕ ਦਾਤਾ ਮੇਰਾ ਆ ਅਤੇ ਮੈਂ ਗੁਰੂ ਨਾਨਕ ਦਾ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਆ ਅਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਂ। ਜਿਸ ਦਿਨ ਇਹ ਜੀਵਨ ਬਣਿਆ ਉਸ ਦਿਨ ਸਰਬੱਤ ਦਾ ਭਲਾ ਕਰੇਗਾ, ਜਿਸ ਦਿਨ ਇਹ ਜੀਵਨ ਬਣ ਗਿਆ, ਨਹੀਂ ਤਾਂ ਠੱਗੀਆਂ ਅਤੇ ਦਗਾ ਫਰੇਬ ਧੋਖਾ ਛਾਲ ਕਪਟੀ ਤੇਰੇ ਜੀਵਨ 'ਚ ਰਹਿ ਸਕਦਾ। ਜੀਵਨ ਉਸ ਦਿਨ ਮਾਲਕ ਦੇ ਦਰ 'ਤੇ ਪ੍ਰਵਾਨ ਆ ਜਿਸ ਦਿਨ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ। ਇੱਕ ਦਲੀਲ ਦਿਆਂ, ਵੇਖਿਓ ਸੱਜਣੋ, ਇਹ ਗਾਥਾ ਤਾਂ ਆਪਾਂ ਬਹੁਤ ਵਾਰੀ ਸੁਣੀ ਹੋਊਗੀ,
ਜਿਹੜੇ ਬਚਨ ਬਹੁਤ ਵਾਰੀ ਸੁਣੇ ਉਹ ਘੱਟ ਦਾਸ ਨੇ ਤੁਹਾਡੇ ਨਾਲ ਸਾਂਝੇ ਕਰਨੇ। ਭਾਈ ਸਾਹਿਬ ਭਾਈ ਘਨੱਈਆ, ਇਸ ਗੱਲ ਦਾ ਤਾਂ ਆਪਾਂ ਨੂੰ ਪਤਾ ਵੀ ਭਾਈ ਘਨੱਈਆ ਜੰਗ ਦੇ ਮੈਦਾਨ ਵਿੱਚ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜੰਗ ਹੋ ਰਿਹਾ, ਕਲਗੀਧਰ ਪਾਤਸ਼ਾਹ ਦਾ ਸਮਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੜਾ ਘਮਸ਼ਾਨ ਦਾ ਜੰਗ ਹੋ ਰਿਹਾ। ਭਾਈ ਘਨੱਈਏ ਦੇ ਮੋਢੇ ਦੇ ਉੱਤੇ ਪਾਣੀ ਦੀ ਮਸ਼ਕ ਆ, ਹੁਣ ਉਹ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਜਿੰਨੇ ਧਰਤੀ ਦੇ ਉੱਤੇ ਡਿੱਗੇ ਆ ਨਾ ਜੀ, ਭਾਵੇਂ ਉਹ ਕੋਈ ਮੁਸਲਮਾਨ ਆ, ਭਾਵੇਂ ਪਠਾਨ ਆ, ਭਾਵੇਂ ਕੋਈ ਹਿੰਦੂ ਆ, ਭਾਵੇਂ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਕੋਈ ਸਿਪਾਹੀ ਆ ਅਤੇ ਭਾਵੇਂ ਕੋਈ ਸਿੱਖ ਆ, ਸਾਰਿਆਂ ਨੂੰ ਜਲ ਛਕਾਈ ਜਾਂਦਾ। ਉਹ ਹੋਇਆ ਕੀ, ਹੁਣ ਸਿੱਖਾਂ ਨੇ ਜਿਹੜੀ ਸ਼ਿਕਾਇਤ ਕੀਤੀ ਹੈ, ਵੇਖਿਓ ਇਹ ਬਚਨ ਤਾਂ ਆਪਾਂ ਬਹੁਤ ਵਾਰੀ ਸੁਣੇ ਅਤੇ ਪੜ੍ਹੇ ਆ ਵੀ ਕਲਗੀਧਰ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ ਵੀ ਉਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਪਰ ਕੁਝ ਹਟ ਕੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਧਿਆਨ ਨਾਲ ਸੁਣਿਓ। ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਸ਼ਿਕਾਇਤ ਵੇਖੋ ਕੀ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਦਾਤਾ ਜੀ ਇੱਕ ਬੇਨਤੀ ਕਰਨੀ। ਕਲਗੀਧਰ ਪਾਤਸ਼ਾਹ ਕਹਿੰਦੇ, ਦੱਸੋ। ਕਹਿੰਦੇ, ਮਹਾਰਾਜ ਜਿਹੜਾ ਭਾਈ ਘਨੱਈਆ ਉਹਦੇ ਮੋਢੇ ਦੇ ਉੱਤੇ ਪਾ ਦਿੱਤੀ ਪਾਣੀ ਦੀ ਮਸ਼ਕ ਅਤੇ ਭਾਈ ਘਨੱਈਆ ਪਿਆਉਣ ਲੱਗ ਪਿਆ ਪਾਣੀ, ਹੁਣ ਪਾਣੀ ਉਹ ਮੁਸਲਮਾਨਾਂ ਨੂੰ ਕੀ, ਹਿੰਦੂਆਂ ਨੂੰ ਕੀ, ਪਹਾੜੀ ਰਾਜਿਆਂ ਦੀਆਂ ਫੌਜਾਂ ਸਾਰਿਆਂ ਨੂੰ ਪਿਆਈ ਜਾਂਦਾ। ਉਹ ਜਿੰਨੇ ਧਰਤੀ 'ਤੇ ਡਿੱਗੇ ਅਸੀਂ ਧਰਤੀ 'ਤੇ ਮਾਰ ਕੇ ਜ਼ਖਮੀ ਕਰਕੇ ਫੱਟੜ ਕਰਕੇ ਅਸੀਂ ਸੁੱਟਦੇ ਹਾਂ, ਇਹ ਜਾ ਮੂੰਹ 'ਚ ਪਾਣੀ ਪਾਉਣ ਲੱਗ ਪੈਂਦਾ ਹੈ ਵੀ ਚੱਲ ਉੱਠ, ਫਿਰ ਖੜ੍ਹੇ ਕਰ ਦਿੰਦਾ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ, ਹੁਣ ਬੇਨਤੀ ਧਿਆਨ ਨਾਲ ਸੁਣਿਓ ਜਿਹੜੀ ਗੱਲ ਕਰਨ ਲੱਗਾ ਮੈਂ, ਭਾਈ ਘਨੱਈਆ ਪਾਣੀ ਦੀ ਮਸ਼ਕ ਲੈ ਕੇ ਇਹਨਾਂ ਫੱਟੜ ਅਤੇ ਜ਼ਖਮੀ ਹੋਇਆਂ ਨੂੰ ਜਲ ਛਕਾਈ ਜਾਂਦਾ। ਕਲਗੀਆਂ ਵਾਲਿਆ, ਬਾਜਾਂ ਵਾਲਿਆ ਦਾਥਿਆ, ਜੇ ਪਾਣੀ ਪਿਆਉਣਾ ਵਾ ਤਾਂ ਸਾਨੂੰ ਆ ਸ਼ਮਸ਼ੀਰਾਂ ਅਤੇ ਤੇਗਾਂ ਕਾਹਦੇ ਵਾਸਤੇ ਫੜਾਤੀਆਂ, ਅਸੀਂ ਵੀ ਪਾਣੀ ਦੀਆਂ ਮਸ਼ਕਾਂ ਚੁੱਕ ਲੈਂਦੇ ਹਾਂ। ਜੇ ਜੰਗ ਦੇ ਮੈਦਾਨ 'ਚ ਪਾਣੀ ਪਿਆਉਣਾ, ਇੱਕ ਨੂੰ ਪਾਣੀ ਦੀ ਮਸ਼ਕ ਦੇ ਕੇ ਤੋਰ ਦਿੱਤਾ ਵੀ ਪਾਣੀ ਪਿਆ, ਦੂਜੇ ਪਾਸੇ ਸਾਨੂੰ ਹਥਿਆਰ ਅਤੇ ਸ਼ਸਤਰ ਫੜਾ ਅਤੇ ਜੰਗ 'ਚ ਟਾਕਰਾ ਕਰੋ, ਅਤੇ ਮਹਾਰਾਜ ਜੇ ਪਾਣੀ ਪਿਆਉਣਾ ਮਸ਼ਕ ਲੈ ਕੇ ਅਤੇ ਅਸੀਂ ਵੀ ਇਹ ਤਲਵਾਰਾਂ ਸ਼ਮਸ਼ੀਰਾਂ ਤੇਗਾਂ ਸੁੱਟ ਕੇ ਅਸੀਂ ਵੀ ਪਾਣੀ ਪਿਆਉਣ ਲੱਗ ਪੈਂਦੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੁਣ ਇਹ ਸ਼ਿਕਾਇਤ ਗਈ ਹੈ ਵੀ ਅਸੀਂ ਵੀ ਪਾਣੀ ਪਿਆਉਣ ਲੱਗ ਪਈਏ, ਅਤੇ ਦਸ਼ਮੇਸ਼ ਪਿਤਾ ਪਤਾ ਕੀ ਕਹਿੰਦੇ ਕਲਗੀਧਰ ਦਾਤਾ, ਕਹਿੰਦੇ ਸਿੱਖੋ ਠੀਕ ਆ ਤੁਸੀਂ ਇਹ ਬਚਨ ਕਹਿ ਰਹੇ ਜੇ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ। ਕਹਿੰਦੇ ਮਹਾਰਾਜ ਪੁੱਛੋ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਤੁਸੀਂ ਤਾਂ ਇਹ ਗੱਲ ਕਹਿੰਦੇ ਜੇ ਵੀ ਜੇ ਭਾਈ ਘਨੱਈਆ ਪਾਣੀ ਪਿਆਉਂਦਾ ਤਾਂ ਅਸੀਂ ਵੀ ਤੇਗਾਂ ਸੁੱਟ ਕੇ ਹਥਿਆਰ ਸੁੱਟ ਕੇ ਪਾਣੀ ਪਿਆਉਣ ਲੱਗ ਪੈਂਦੇ ਹਾਂ, ਭਾਈ ਘਨੱਈਆ ਇਹ ਗੱਲ ਕਿਉਂ ਨਹੀਂ ਕਹਿੰਦਾ ਕਿ ਮਹਾਰਾਜ ਜੇ ਤੇਗਾਂ ਹੀ ਚੁੱਕਣੀਆਂ ਵਾ ਤਾਂ ਮੈਂ ਵੀ ਆ ਪਾਣੀ ਦੀ ਮਸ਼ਕ ਰੱਖ ਕੇ ਅਤੇ ਮੈਂ ਵੀ ਸ਼ਮਸ਼ੀਰ ਚੁੱਕ ਲੈਂਦਾ ਵੀ ਮੈਨੂੰ ਇਕੱਲੇ ਨੂੰ ਤੁਸੀਂ ਪਾਣੀ ਪਿਆਉਣ ਲਾ ਤਾ ਅਤੇ ਬਾਕੀ ਸਾਰਿਆਂ ਨੂੰ ਹਥਿਆਰ ਫੜਾਏ ਆ, ਘਨੱਈਆ ਇਹ ਗੱਲ ਕਿਉਂ ਨਹੀਂ ਕਹਿੰਦਾ? ਭਲਾ ਭਾਈ ਘਨੱਈਆ ਵੀ ਤਾਂ ਕਹਿ ਹੀ ਸਕਦਾ ਨਾ ਵੀ ਮਹਾਰਾਜ ਮੇਰੇ ਇੱਕ ਜਣੇ ਦੇ ਪਾਣੀ ਪਿਆਉਣ ਨਾਲ ਕੀ ਹੋਏਗਾ, ਬਾਕੀਆਂ ਨੂੰ ਤੁਸੀਂ ਫੜਾ ਦਿੱਤੇ ਹਥਿਆਰ ਵੀ ਲੜੋ, ਮੈਨੂੰ ਕਹਿੰਦੇ ਜੇ ਪਾਣੀ ਪਿਆ ਤਾਂ ਮੈਂ ਵੀ ਲੜਦਾ, ਫਿਰ ਜਿਵੇਂ ਹੁਣ ਦੂਜੇ ਕਹਿ ਰਹੇ ਆ ਵੀ ਮਹਾਰਾਜ ਅਸੀਂ ਵੀ ਪਾਣੀ ਦੀਆਂ ਮਸ਼ਕਾਂ ਚੁੱਕ ਲੈਂਦੇ ਹਾਂ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਭਾਈ ਘਨੱਈਏ ਨੂੰ ਪਤਾ ਹੋਊਗਾ। ਅਤੇ ਕਲਗੀਧਰ ਹੱਸ ਕੇ ਪਤਾ ਕੀ ਕਹਿੰਦੇ, ਕਹਿੰਦੇ ਸੱਜਣੋ ਅਸਲੀਅਤ ਪਤਾ ਕੀ ਆ, ਭਾਈ ਘਨੱਈਆ ਜੀ ਨੂੰ ਇਸ ਗੱਲ ਦੀ ਸਮਝ ਪੈ ਗਈ ਆ ਵੀ ਨਾ ਕੋਈ ਮਾਰਨ ਵਾਲਾ ਵਾ ਅਤੇ ਨਾ ਕੋਈ ਜਵਾਲਣ ਵਾਲਾ, ਨਾ ਕੋਈ ਕਿਸੇ ਨੂੰ ਖਤਮ ਕਰਨ ਵਾਲਾ ਵਾ ਅਤੇ ਨਾ ਕੋਈ ਕਿਸੇ ਦੂਜੇ 'ਚ ਜਾਨ ਪਾਉਣ ਵਾਲਾ ਵਾ, ਮੇਰਾ ਕੰਮ ਆ ਗੁਰੂ ਦੀ ਆਗਿਆ ਦਾ ਪਾਲਣ ਕਰਨਾ, ਮੇਰਾ ਕੰਮ ਆ ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਰਜ਼ਾ ਮੰਨਣੀ, ਜਿਵੇਂ ਮੇਰਾ ਸਤਿਗੁਰ ਕਹਿੰਦਾ ਉਹਨਾਂ ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ। ਭਾਈ ਘਨੱਈਏ ਨੂੰ ਇਹ ਗੱਲ ਸਮਝ ਆ ਗਈ। ਕਹਿੰਦੇ ਮਹਾਰਾਜ ਉਹਨੂੰ ਬੁਲਾ ਕੇ ਪੁੱਛੋ ਤਾਂ ਸਹੀ, ਭਲਾ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਆਉਂਦਾ ਉਹ? ਮਹਾਰਾਜ ਕਹਿੰਦੇ ਬੁਲਾ ਲੈਂਦੇ ਹਾਂ। ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾ ਭਾਈ ਘਨੱਈਏ ਨੂੰ ਆਵਾਜ਼ ਮਾਰ ਕੇ ਲਿਆ। ਮੋਢੇ 'ਤੇ ਪਾਈ ਪਾਣੀ ਦੀ ਮਸ਼ਕ, ਆ ਗਿਆ ਜੀ ਭਾਈ ਘਨੱਈਆ, ਹੱਥ ਜੋੜੇ, ਹੁਣ ਬਚਨ ਸੁਣਿਓ ਉਹਦੇ ਭਾਈ ਘਨੱਈਆ ਜੀ ਦੇ। ਹੁਣ ਸੁਣਿਆ ਮਿਲਿਆ ਨਾ ਵੀ ਮਹਾਰਾਜ ਨੇ ਤੈਨੂੰ ਬੁਲਾਇਆ ਔਰ ਨਾਲ ਸਿੱਖ ਨੇ ਬਚਨ ਕਹਿਤਾ ਵੀ ਤੇਰੀ ਸ਼ਿਕਾਇਤ ਗਈ ਉੱਥੇ ਕੋਈ, ਚੱਲ ਜਵਾਬ ਦੇ ਕਲਗੀਧਰ ਪਾਤਸ਼ਾਹ ਨੂੰ। ਆ ਗਏ ਭਾਈ ਘਨੱਈਆ ਜੀ, ਹੱਥ ਜੋੜੇ ਅਤੇ ਪਤਾ ਕੀ ਕਹਿੰਦੇ ਦਸ਼ਮੇਸ਼ ਪਿਤਾ ਨੂੰ? ਭਾਈ ਘਨੱਈਆ ਕਹਿੰਦਾ, ਦਾਤਿਆ ਤੁਹਾਡਾ ਹੁਕਮ ਮਿਲਿਆ ਸੀ ਵੀ ਤੁਸੀਂ ਸੱਦਿਆ ਵਾ, ਦਾਤਾ ਇਸ ਗੁਲਾਮ ਵਾਸਤੇ ਕੀ ਹੁਕਮ ਹੈ, ਇਸ ਗੁਲਾਮ ਵਾਸਤੇ ਕੀ ਆਗਿਆ? ਇੱਦਾਂ ਕਹਿੰਦੇ ਹੁੰਦੇ ਸੀ ਜੀ ਦਸ਼ਮੇਸ਼ ਪਿਤਾ, ਤੇਰੇ ਦਰ ਦਾ ਗੁਲਾਮ ਆ, ਜਿਹੜੀ ਸੇਵਾ ਤੂੰ ਲਾਈ ਆ ਨਿਭਾ ਰਿਹਾ ਤੇਰੀ ਕਿਰਪਾ ਨਾਲ।
ਇਸ ਗੁਲਾਮ ਵਾਸਤੇ ਕੀ ਹੁਕਮ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਜਿਹੜੇ ਸਿੱਖ ਖੜ੍ਹੇ ਹਨ ਇਹਨਾਂ ਨੇ ਤੇਰੀ ਸ਼ਿਕਾਇਤ ਕੀਤੀ। ਮਹਾਰਾਜ ਕਿਹੜੀ ਸ਼ਿਕਾਇਤ? ਕਹਿੰਦੇ ਇਹ ਕਹਿੰਦੇ ਆ ਵੀ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ, ਵੈਰੀਆਂ ਨੂੰ ਵੀ ਪਾਣੀ ਪਿਆਈ ਜਾਂਦਾ ਤੂੰ। ਅਤੇ ਭਾਈ ਕਨ੍ਹਈਆ ਜੀ ਪਤਾ ਕੀ ਕਹਿੰਦੇ? ਕਹਿੰਦੇ ਮਹਾਰਾਜ ਇਹ ਝੂਠ ਬੋਲਦੇ ਆ, ਇਹ ਜਿਹੜੇ ਸਿੱਖ ਆ ਨਾ ਤੁਹਾਨੂੰ ਕਹਿ ਰਹੇ ਵੀ ਕਨ੍ਹਈਆ ਦੁਸ਼ਮਣਾਂ ਨੂੰ ਵੈਰੀਆਂ ਨੂੰ ਵੀ ਪਾਣੀ ਪਿਆ ਰਿਹਾ, ਕਹਿੰਦਾ ਪਾਤਸ਼ਾਹ ਇਹ ਝੂਠ ਬੋਲਦੇ ਆ। ਅਤੇ ਹੁਣ ਉਹ ਸਿੱਖ ਖੜ੍ਹੇ ਉੱਥੇ ਕਹਿੰਦੇ ਮਹਾਰਾਜ ਝੂਠ ਨਹੀਂ ਬੋਲਦੇ, ਇਹਨੂੰ ਪੁੱਛੋ ਜਿਹੜੇ ਧਰਤੀ ਦੇ ਉੱਤੇ ਮੁਸਲਮਾਨ ਪਠਾਨ ਉਹਨਾਂ ਪਹਾੜੀ ਰਾਜਿਆਂ ਦੇ ਨਾਲ ਜਿਹੜੀਆਂ ਫੌਜਾਂ ਉਹਨਾਂ ਦੇ ਸਿਪਾਹੀ ਜਿਹੜੇ ਜ਼ਖਮੀ ਹੋ ਕੇ ਧਰਤੀ 'ਤੇ ਡਿੱਗੇ ਆ, ਉਹਨਾਂ ਨੂੰ ਇਹ ਪਾਣੀ ਪਿਆਉਂਦਾ ਕਿ ਨਹੀਂ ਪਿਆਉਂਦਾ? ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਕਨ੍ਹਈਆ ਉਹਨਾਂ ਨੂੰ ਜਲ ਛਕਾਉਣਾ, ਪਾਣੀ ਪਿਆਉਣਾ ਉਹਨਾਂ ਨੂੰ? ਕਹਿੰਦਾ ਹਾਂ ਮਹਾਰਾਜ, ਉਹਨਾਂ ਨੂੰ ਪਾਣੀ ਪਿਆਉਣਾ, ਪਰ ਵੈਰੀ ਨਹੀਂ ਗਏ ਉਹ, ਦੁਸ਼ਮਣਾਂ ਨੂੰ ਨਹੀਂ ਪਿਆਉਂਦਾ ਮੈਂ। ਪਾਤਸ਼ਾਹ ਕਹਿੰਦੇ ਕਿਹਨਾਂ ਨੂੰ ਪਿਆਉਣਾ ਫਿਰ? ਕਹਿੰਦਾ ਮਜ਼ਲੂਮਾਂ ਨੂੰ ਪਿਆਉਣਾ, ਧਰਤੀ 'ਤੇ ਡਿੱਗੇ ਹੋਏ ਲਹੂ ਲੁਹਾਨ ਹੋਇਆਂ ਨੂੰ ਪਿਆਉਣਾ, ਜਿਨ੍ਹਾਂ ਦੀ ਬਾਂਹ ਫੜਨੀ ਮੇਰਾ ਫਰਜ਼ ਵਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਕਹਿੰਦੇ ਵੈਰੀਆਂ ਨੂੰ ਪਾਣੀ ਪਿਆਉਂਦਾ, ਦੁਸ਼ਮਣਾਂ ਨੂੰ? ਕਹਿੰਦਾ ਦੁਸ਼ਮਣ ਕੋਈ ਬੰਦਾ ਉਦੋਂ ਆ ਜਦੋਂ ਹੱਥ 'ਚ ਤਲਵਾਰ ਪਕੜੀ ਜਾਂ ਕੋਈ ਬਰਸ਼ੀ ਬੰਦੂਕ ਪਕੜੀ ਸਾਨੂੰ ਮਾਰਨ ਆ ਰਿਹਾ ਆ। ਕਹਿੰਦਾ ਉਸ ਵੇਲੇ 'ਤੇ ਆ ਉਹ ਸਾਡਾ ਦੁਸ਼ਮਣ, ਜਦੋਂ ਧਰਤੀ ਦੇ ਉੱਤੇ ਕੋਈ ਜ਼ਖਮੀ ਹੋਇਆ ਡਿੱਗਾ ਅਤੇ ਪਾਣੀ 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 ਪੁਕਾਰਦਾ ਵਾ, ਉਸ ਵੇਲੇ ਉਹ ਮਜ਼ਲੂਮ ਆ, ਨਿਮਾਣਾ ਆ, ਨਿਆਸਰਾ ਆ, ਪਿਆਸਾ ਆ, ਦੁਖੀ ਆ ਉਹ। ਮੈਂ ਨਹੀਂ ਉਸ ਵੇਲੇ ਉਹਨੂੰ ਦੁਸ਼ਮਣ ਦੀ ਨਜ਼ਰ ਨਾ ਤੱਕ ਸਕਦਾ। ਸਤਿਗੁਰੂ ਸ਼ਹਿਨਸ਼ਾਹ ਉਹ ਤਾਂ ਨਿਆਸਰਾ ਹੈ, ਉਹ ਤਾਂ ਬੇਸਹਾਰਾ ਵਿਚਾਰਾ ਪਿਆ, ਉਹ ਤਾਂ ਇੱਕ ਜ਼ਖਮੀ ਆ, ਲਹੂ ਲੁਹਾਨ ਹੋਇਆ ਮਹਾਰਾਜ, ਉਹ ਤਾਂ ਪਿਆਸਾ ਆ ਉਸ ਵੇਲੇ। ਅਤੇ ਕੋਈ ਵਾਜਾਂ ਮਾਰਦਾ ਹੋਏ ਮੈਨੂੰ ਪਾਣੀ ਪਿਆਓ, ਮੈਨੂੰ ਪਾਣੀ ਪਿਆਓ, ਦਸ ਵਾਜਾਂ ਵਾਲਿਆ ਪਿਆਵਾਂ ਕਿ ਨਾ ਪਿਆਵਾਂ? ਆਹ ਵੇਖੋ ਕਲਗੀਧਰ ਪਾਤਸ਼ਾਹ ਹੁਣ ਸਤਿਗੁਰ ਕੀ ਕਹਿਣਗੇ। ਕਹਿੰਦੇ ਹੋਵੇ ਦਾਤਾ ਭਾਵੇਂ ਜੰਗ ਦਾ ਮੈਦਾਨ, ਕੋਈ ਜ਼ਖਮੀ ਹੋਇਆ ਬੰਦਾ ਉਹ ਪਾਣੀ ਪਾਣੀ ਕਹਿ ਕੇ ਪੁਕਾਰ ਰਿਹਾ ਕਿ ਮੈਨੂੰ ਪਾਣੀ ਚਾਹੀਦਾ, ਮੈਨੂੰ ਜਲ ਛਕਾਓ, ਮੈਨੂੰ ਦੱਸ ਕਲਗੀਧਰ ਮਾਂ ਗੁਜਰੀ ਦੇ ਲਾਲ, ਮੈਂ ਜਲ ਛਕਾਵਾਂ ਕਿ ਨਾ ਛਕਾਵਾਂ, ਪਾਣੀ ਪਿਆਇਆ ਕਰਾਂ ਕਿ ਨਾ ਪਿਆਇਆ ਕਰਾਂ? ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਕਨ੍ਹਈਆ ਜਦੋਂ ਉਹਨੂੰ ਪਾਣੀ ਪਿਆਉਣਾ ਵਾ ਅਤੇ ਜਿਹੜਾ ਤੇਰੇ ਹੱਥੋਂ ਪਾਣੀ ਪੀ ਰਿਹਾ ਵਾ ਉਹਨੂੰ ਕਿਹੜੇ ਰੂਪ ਦੇ ਵਿੱਚ ਪਾਣੀ ਪਿਆਉਣਾ, ਕਿ ਕਿਸ ਨੂੰ ਪਾਣੀ ਪਿਆ ਰਿਹਾ? ਆਹ ਬਚਨ ਕਾਵ ਦੇ ਵਿੱਚ ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ, ਉਹ ਵੀ ਦਾਸ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਤਾ ਭਾਈ ਕਨ੍ਹਈਆ ਜੀ ਕੀ ਕਹਿੰਦੇ? ਕਹਿੰਦੇ ਸਤਿਗੁਰਾ ਜਿਸ ਦੇ ਮੂੰਹ 'ਚ ਵੀ ਮੈਂ ਪਾਣੀ ਪਾਇਆ ਇਹ ਸਮਝ ਕੇ ਪਾਇਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰਾ ਬਾਜਾਂ ਵਾਲਾ ਜ਼ਖਮੀ ਹੋਇਆ, ਮੈਂ ਤਾਂ ਤੇਰੇ ਮੂੰਹ 'ਚ ਪਾਣੀ ਪਾਉਂਦਾ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਜ਼ਖਮੀ ਹੋਇਆ ਪਿਆ ਤੇਰੇ ਅੱਗੇ, ਮੇਰੇ ਮੂੰਹ 'ਚ ਪਾਣੀ ਪਾਉਂਦਾ ਰਿਹਾ? ਭਾਈ ਕਨ੍ਹਈਆ ਜਿਸ ਦੇ ਮੂੰਹ 'ਚ ਵੀ ਪਾਣੀ ਪਾਉਣਾ ਘੁੱਟ ਪਿਆਉਣਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਖਮੀ ਹੋਏ ਪਏ ਆ। ਭਾਈ ਕਨ੍ਹਈਏ ਨੇ ਇੱਕ ਗੱਲ ਆਖੀ ਉਹ ਸੱਜਣੋ, ਪਤਾ ਕੀ ਕਹਿੰਦਾ? ਕਹਿੰਦਾ ਸਤਿਗੁਰਾ ਕਰਾਂ ਕੀ, ਮੇਰੇ ਵੱਸ ਦੀ ਨਹੀਂ ਗੱਲ। ਮਹਾਰਾਜ ਕਹਿੰਦੇ ਦਸ ਬਚਨ। ਕਹਿੰਦਾ ਬਾਜਾਂ ਵਾਲਿਆ ਜਿਸ ਦਿਨ ਦਾ ਇਹਨਾਂ ਅੱਖੀਆਂ ਨੇ ਤੇਰਾ ਦਰਸ਼ਨ ਕਰ ਲਿਆ ਵਾ ਉਸ ਦਿਨ ਦਾ ਇਹਨਾਂ ਅੱਖੀਆਂ ਨੇ ਤੇਰੇ ਤੋਂ ਬਿਨਾਂ ਕੋਈ ਦੂਜਾ ਤੱਕਿਆ ਹੀ ਨਹੀਂ, ਵੇਖਿਆ ਹੀ ਨਹੀਂ ਇਹਨਾਂ ਅੱਖਾਂ ਨੇ। ਜਿਸ ਦਿਨ ਦਾ ਇਸ ਦਿਲ ਦੇ ਵਿੱਚ ਚੌਂਕੜਾ ਮਾਰ ਕੇ ਬਹਿ ਗਿਆ, ਮੇਰੇ ਹਿਰਦੇ 'ਚ ਜਿਸ ਦਿਨ ਦਾ ਪੀੜਾ ਡਾਹ ਕੇ ਬਹਿ ਗਿਆ, ਬਾਜਾਂ ਵਾਲਿਆ ਇਸ ਦਿਲ ਦੇ ਵਿੱਚ ਵੀ ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ, ਨਾ ਇਹਨਾਂ ਅੱਖੀਆਂ ਨੇ ਤੇਰੇ ਤੋਂ ਬਿਨਾਂ ਕੋਈ ਦੂਜਾ ਤੱਕਿਆ, ਨਾ ਇਸ ਦਿਲ ਦੇ ਵਿੱਚ ਤੇਰੇ ਤੋਂ ਬਿਨਾਂ ਕੋਈ ਦੂਸਰਾ ਹੈਗਾ ਹੀ, ਇਹ ਜਿਹੜੇ ਸਾਹਮਣੇ ਖਲੋਤੇ ਮੇਰੀ ਸ਼ਿਕਾਇਤ ਕਰਨ ਵਾਲੇ ਆ ਇਹਨਾਂ 'ਚ ਵੀ ਤੂੰ ਹੀ ਵੱਸਦਾ ਆ, ਇਹ ਸ਼ਿਕਾਇਤ ਭਾਵੇਂ ਮੇਰੀ ਕਰਦੇ ਪਏ ਆ ਪਰ ਮੇਰੇ ਦਿਲ ਕੋਲੋਂ ਬਾਜਾਂ ਵਾਲਿਆ ਪੁੱਛ ਇਹਨਾਂ ਵਿੱਚ ਵੀ ਤੂੰ ਹੀ ਨਜ਼ਰ, ਪਾਣੀ ਦੀ ਮਸ਼ਕ ਮੋਢੇ 'ਤੇ ਚੁਕਾਉਣ ਵਾਲਾ ਵੀ ਬਾਜਾਂ ਵਾਲਿਆ ਤੂੰ, ਜੰਗ ਦੇ ਮੈਦਾਨ ਵਿੱਚ ਪਾਣੀ ਪਿਆਉਣ ਵਾਲਾ ਵੀ ਤੂੰ, ਤੂੰ ਜੋ ਮੇਰੇ ਹਿਰਦੇ 'ਚ ਵੱਸਦਾ ਨਾ, ਪਾਣੀ ਪਿਆਉਣ ਵਾਲਾ ਵੀ ਤੂੰ ਅਤੇ ਧਰਤੀ 'ਤੇ ਡਿੱਗ ਕੇ ਪਾਣੀ ਪੀਣ ਵਾਲਾ ਵੀ ਤੂੰ, ਸ਼ਿਕਾਇਤ ਕਰਨ ਵਾਲਾ ਵੀ ਤੂੰ, ਸਵਾਲ ਜਵਾਬ ਕਰਨ ਵਾਲਾ ਵੀ ਤੂੰ, ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਮੇਰੇ ਲਈ ਦੂਸਰਾ ਹੈ ਹੀ ਕੋਈ ਨਹੀਂ। ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਜੀ, ਕਾਵ ਦੇ ਵਿੱਚ ਉਹਦੇ ਬੋਲ ਆ। ਭਾਈ ਕਨ੍ਹਈਆ ਜੀ ਨੇ ਹੱਥ ਜੋੜੇ, ਉਹਨਾਂ ਦੇ ਜਿਹੜੇ ਇੰਨ ਬਿੰਨ ਬੋਲ ਸਨ ਉਹ ਵਿਦਵਾਨ ਜਨ ਲਿਖਦੇ ਆ। ਭਾਈ ਕਨ੍ਹਈਆ ਜੀ ਦੀ ਰਸਨਾ 'ਤੇ ਬਚਨ ਆਇਆ, ਕਹਿੰਦਾ ਸੱਚੇ ਪਾਤਸ਼ਾਹ
ਸਾਰੇ ਮੈਦਾਨ ਅੰਦਰ ਤੇਰੇ ਬਾਜ ਕੋਈ ਨਜ਼ਰ ਆਇਆ ਹੀ ਨਹੀਂ, ਤੇਰੇ ਤੋਂ ਬਿਨਾਂ ਨਹੀਂ ਉਹ ਮੈਨੂੰ ਕੋਈ ਦੂਸਰਾ ਦਿਸਦਾ। ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੇਰੇ ਬਾਜ ਕੋਈ ਨਜ਼ਰ ਆਇਆ ਹੀ ਨਹੀਂ, ਜਿੱਥੇ ਚੂਆਂ ਪਾਣੀ ਤੇਰਾ ਮੂੰਹ ਦਿਸੇ। ਕਿਹਨੂੰ ਕਹਿ ਰਿਹਾ ਭਲਾ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਕਹਿੰਦੇ ਬਾਜਾਂ ਵਾਲਿਆ, ਜਿੱਥੇ ਚੂਆਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਉਹ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ। ਕਲਗੀ ਧਰਦਾਤਾ, ਤੈਂ ਤੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ। ਆ ਅਰਥ ਸੁਣਿਓ, ਇਹਦਾ ਭਾਵ ਕੀ ਹੈ? ਭਾਈ ਘਨੱਈਆ ਜੀ ਕਹਿੰਦੇ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਂ ਤੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ। ਸਤਿਗੁਰੂ ਪਾਤਸ਼ਾਹ, ਤੂੰ ਹੀ ਤੇ ਸਾਨੂੰ ਸਿੱਖਿਆ ਦਿੱਤੀ ਆ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ। ਇਹ ਤੇ ਤੁਸੀਂ ਕਿਹਾ ਕਿ ਹਰ ਮਾਨਸ ਦੇ ਅੰਦਰ ਇੱਕ ਰੱਬ ਦੀ ਜੋਤ ਵੱਸਦੀ ਹੈ, ਹਰ ਇਨਸਾਨ ਮਾਤਰ ਦੇ ਅੰਦਰ ਇੱਕ ਪਰਮੇਸ਼ਰ ਵੱਸਦਾ, ਤੁਸੀਂ ਕਿਹਾ। ਤੁਹਾਡੇ ਹੀ ਬੋਲ ਨੇ ਕਲਗੀਧਰ ਪਾਤਸ਼ਾਹ ਕਿ ਜ਼ਿਮੀ ਜਮਾਨ ਕੇ ਬਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਤੁਹਾਡਾ ਹੁਕਮ ਆ ਕਿ ਹਰ ਜੀਵ ਦੇ ਅੰਦਰ ਤੇਰੀ ਜੋਤ, ਰੱਬ ਦੀ ਜੋਤ ਵੱਸਦੀ ਹੈ। ਅਤੇ ਜੇ ਸਾਰਿਆਂ ਵਿੱਚ ਰੱਬ ਹੀ ਵੱਸਦਾ, ਸਾਰਿਆਂ ਵਿੱਚ ਨਿਰੰਕਾਰ ਪਰਮੇਸ਼ਰ ਹੀ ਵੱਸਦਾ, ਸਤਿਗੁਰਾ ਤੁਸੀਂ ਤੇ ਇਹ ਪਾਠ ਹੀ ਨਹੀਂ ਕਿਤੇ ਪੜ੍ਹਾਇਆ, ਤੁਸੀਂ ਤੇ ਕਿਤੇ ਲੈਸਨ ਹੀ ਨਹੀਂ ਪੜ੍ਹਾਇਆ ਹੈ ਵੀ ਆਹ ਆਪਣਾ ਆ ਅਤੇ ਆਹ ਬਗਾਨਾ ਆ, ਆਹ ਆਪਣਾ ਮਿੱਤਰ ਆ ਅਤੇ ਆਹ ਆਪਣਾ ਕੁਝ ਨਹੀਂ ਲੱਗਦਾ। ਪਾਤਸ਼ਾਹ ਇਹ ਤਾਂ ਲੈਸਨ ਹੀ ਨਹੀਂ ਤੁਸੀਂ ਕਿਤੇ ਪੜ੍ਹਾਇਆ, ਇਹਦੇ ਨਾਲ ਪਿਆਰ ਕਰਨਾ ਅਤੇ ਇਹਦੇ ਨਾਲ ਦਵੈਸ਼ ਰੱਖਣੀ ਆ, ਇਹਦੇ ਨਾਲ ਪ੍ਰੀਤ ਪਾਉਣੀ ਆ, ਇਸ ਬੰਦੇ ਨਾਲ ਈਰਖਾ ਕਰਨੀ ਆ। ਤੁਸੀਂ ਪੜ੍ਹਾਇਆ ਕਿਤੇ ਇਹ ਲੈਸਨ ਮੈਨੂੰ? ਤੁਸੀਂ ਕਿਤੇ ਪਾਠ ਪੜ੍ਹਾਇਆ ਮੈਨੂੰ? ਇਹਨਾਂ ਨਾਲ ਪਿਆਰ ਕਰਨਾ ਅਤੇ ਇਹਨਾਂ ਨਾਲ ਨਹੀਂ ਕਰਨਾ, ਇਹਦੇ ਨਾਲ ਪ੍ਰੀਤ ਪਾਉਣੀ ਆ, ਇਹਦੇ ਨਾਲ ਦੁਸ਼ਮਣੀ ਕਰਨੀ ਆ। ਪੜ੍ਹਾਇਆ ਜੇ ਕਿਤੇ ਪਾਠ ਕਲਗੀਧਰ ਪਾਤਸ਼ਾਹ ਤੁਸੀਂ? ਇਹ ਭਾਈ ਘਨੱਈਆ ਜੀ ਦੇ ਬੋਲਿਆ, ਕਹਿੰਦੇ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ। ਕਲਗੀਧਰ ਪਾਤਸ਼ਾਹ ਤੁਹਾਡਾ ਹੀ ਤਾਂ ਹੁਕਮ ਹੈ, ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਬੋ, ਤੁਸੀਂ ਤਾਂ ਕਿਹਾ। ਅਤੇ ਤੁਸੀਂ ਹੁਣ ਪੁੱਛਦੇ ਹੋ ਵੀ ਇਹਨਾਂ ਨੂੰ ਪਾਣੀ ਕਿਉਂ ਪਿਆਉਣਾ। ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਨਹੀਂ ਪੁੱਛਦਾ, ਇਹਨਾਂ ਤੇਰੀ ਸ਼ਿਕਾਇਤ ਕੀਤੀ ਤਾਂ ਪੁੱਛਦਾ। ਤੈਂ ਤੇ ਦੂਈ ਦਾ ਪਾਠ, ਦੂਈ ਦਾ ਮਤਲਬ ਹੁੰਦਾ ਕਿਸੇ ਨਾਲ ਦਵੈਸ਼ ਰੱਖਣੀ, ਈਰਖਾ ਕਰਨੀ, ਤੈਂ ਤੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ। ਤੁਸੀਂ ਤਾਂ ਮਹਾਰਾਜ ਮੈਨੂੰ ਇਹ ਸਿੱਖਿਆ ਹੀ ਨਹੀਂ ਦਿੱਤੀ ਵੀ ਆਹ ਆਪਣਾ ਆ ਅਤੇ ਆਹ ਬਗਾਨਾ ਆ। ਤੁਸੀਂ ਤਾਂ ਕਿਹਾ ਸਾਰਾ ਸੰਸਾਰ ਹੀ ਆਪਣਾ ਆ, ਤੁਸੀਂ ਤਾਂ ਕਹਿੰਦੇ ਸਾਰੀ ਖਲਕਤ ਹੀ ਆਪਣੀ ਆ, ਸਾਰਾ ਜਗਤ ਹੀ ਆਪਣਾ, ਹਰ ਮਨੁੱਖ ਮਾਤਰ ਦੇ ਨਾਲ ਪਿਆਰ ਕਰਨਾ ਆ। ਕਲਗੀਧਰ ਪਾਤਸ਼ਾਹ ਇਹ ਤੁਸੀਂ ਦੱਸਿਆ ਅਤੇ ਜੇ ਹੁਣ ਮੈਂ ਪਿਆਰ ਕਰ ਰਿਹਾ ਅਤੇ ਮੈਨੂੰ ਸਾਰਿਆਂ 'ਚੋਂ ਤੂੰ ਨਜ਼ਰ ਆਉਣਾ, ਅਤੇ ਪਾਤਸ਼ਾਹ ਹੁਣ ਦੱਸੋ ਕਿਹਨੂੰ ਪਾਣੀ ਪਿਆਵਾਂ ਅਤੇ ਕਿਹਨੂੰ ਨਾ ਪਿਆਵਾਂ। ਆ ਚਾਰੇ ਲਾਈਨਾਂ ਫਿਰ ਇੱਕ ਵਾਰੀ ਸੁਣ ਲਿਓ ਜੀ, ਭਾਈ ਘਨੱਈਆ ਜੀ ਦੇ ਬੋਲ ਸਨ। ਸੱਜਣੋ ਇਹ ਉਹਨਾਂ ਦੀ ਬਾਤ ਹੈ ਜਿਹਨਾਂ ਸਰਬੱਤ ਦਾ ਭਲਾ ਮੰਗਿਆ ਹੀ ਨਹੀਂ, ਸਰਬੱਤ ਦਾ ਭਲਾ ਕੀਤਾ ਵਾ। ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੇਰੇ ਬਾਜ ਕੋਈ ਨਜ਼ਰ ਆਇਆ ਹੀ ਨਹੀਂ, ਜਿੱਥੇ ਚੂਆਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਕਲਗੀਧਰ ਤੈਨੂੰ ਕੀ ਦੱਸਾਂ, ਤੈਂ ਤੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ। ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ, ਹੋਰ ਕਿਸੇ ਨੇ ਇੱਦਾਂ ਪਿਆਇਆ ਹੀ ਨਹੀਂ। ਤੇਰੇ ਬਰਾਬਰ ਦਾ, ਤੇਰੇ ਤੁੱਲ ਕਲਗੀਧਰ ਦਾ ਤਾਂ ਹੋਰ ਦੁਨੀਆਂ 'ਚ ਕਿਹੜਾ ਹੋ ਸਕਦਾ। ਇੱਕ ਹੱਥ 'ਚ ਖੰਡਾ ਇੱਕ ਹੱਥ 'ਚ ਅੰਮ੍ਰਿਤ, ਕਿਸੇ ਨੇ ਛਕਾਇਆ ਇੱਦਾਂ ਅੱਜ ਤੱਕ? ਅੰਮ੍ਰਿਤ ਮਿਠਾਸ ਦਾ ਭਰਿਆ ਅਤੇ ਖੰਡੇ ਦੀ ਧਾਰ ਤਿੱਖੀ, ਜੰਗ ਦੇ ਮੈਦਾਨ 'ਚ ਵਾਹੁਣ ਵਾਲਾ ਹੈ ਦੁਨੀਆਂ 'ਚ ਕੋਈ ਐਸਾ? ਅੰਮ੍ਰਿਤ ਮਿਠਾਸ ਦੇਵੇ ਅਤੇ ਖੰਡਾ ਜੰਗ ਦੇ ਮੈਦਾਨ ਵਿੱਚ ਚੱਲੇ। ਕਲਗੀਧਰ ਪਾਤਸ਼ਾਹ ਇੱਦਾਂ ਦਾ ਸੰਤ ਪੁਣਾ ਅਤੇ ਸਿਪਾਹੀ ਪੁਣਾ ਕਿਸੇ ਨੇ ਸਿਖਾਇਆ ਹੀ ਨਹੀਂ। ਇੱਦਾਂ ਦੇਗ ਚਲਾਉਣੀ ਅਤੇ ਇੱਦਾਂ ਤੇਗ ਵਾਹੁਣੀ ਕਿਸੇ ਨੇ ਸਿਖਾਇਆ ਹੀ ਨਹੀਂ। ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਪੀਰੀ ਅਤੇ ਮੀਰੀ ਦਾ ਸਿਧਾਂਤ ਇੱਦਾਂ ਕਿਸੇ ਨੇ ਸਿਖਾਇਆ ਹੀ ਨਹੀਂ। ਕੇਵਲ ਗੁਰੂ ਨਾਨਕ ਦਾ ਘਰ, ਕੇਵਲ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ, ਗੁਰੂ ਨਾਨਕ ਦੇ ਦਰ ਘਰ 'ਤੇ ਇਹ ਆ। ਜਦੋਂ ਬੋਲ ਸੁਣੇ ਨਾ ਜੀ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹੋਂ ਫੜਿਆ, ਭਾਈ ਘਨੱਈਆ ਜੀ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਸੀਨੇ ਨਾਲ ਲਾ ਕੇ ਕਹਿੰਦੇ, ਭਾਈ ਘਨੱਈਆ ਅਸਲੀਅਤ ਇਹ ਆ ਸੱਜਣਾ, ਤੂੰ ਉਸ ਨਿਰੰਕਾਰ ਪਰਮਾਤਮਾ ਦੀ ਯਾਦ ਨਾਮ ਸਿਮਰਨ ਵਿੱਚ ਜੁੜ ਕੇ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹੋ ਗਿਆ। ਬ੍ਰਹਮ ਗਿਆਨ ਦੀ ਅਵਸਥਾ ਕੀ ਆ ਭਲਾ? ਤਿੰਨ ਗੁਣ ਦੱਸੇ ਬ੍ਰਹਮ ਗਿਆਨੀ ਦੇ। ਸੁਖਮਣੀ ਸਾਹਿਬ ਪੜ੍ਹਦੇ ਹੋ? ਅੱਠਵਾਂ ਸਲੋਕ ਪੜ੍ਹਿਓ ਸੁਖਮਣੀ ਸਾਹਿਬ ਦਾ। ਤਿੰਨ ਗੁਣ ਬ੍ਰਹਮ ਗਿਆਨੀ ਦੇ ਦੱਸੇ ਪੰਚਮ ਪਾਤਸ਼ਾਹ ਨੇ। ਕਹਿਣ ਲੱਗੇ ਮਨ ਸੱਚਾ, ਪਹਿਲਾ ਗੁਣ, ਮਨ ਦੇ ਵਿੱਚ ਸੱਚਾ ਪ੍ਰਭੂ।
ਰਸਨਾ ਤੇ ਵੀ ਸੱਚ ਤੇ ਤੀਜਾ ਰੱਬ ਤੋਂ ਬਿਨਾਂ ਕਿਸੇ ਨੂੰ ਨਾ ਤੱਕਦਾ ਹੋਏ। ਸ਼ੁਰੂਆਤ ਜਿਹੜੀ ਉਹ ਮਨ ਤੋਂ ਕੀਤੀ ਹੈ। ਬੇਨਤੀ ਸੁਣਿਓ, ਕਹਿਣ ਲੱਗੇ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਕਿਸ ਦੇ ਵਿੱਚ ਆਏ? ਲੱਛਣ ਕਿਹਦੀਆਂ ਨੇ? ਇਹ ਨਿਸ਼ਾਨੀਆਂ ਤਿੰਨੇ, ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਕਨਈਆ ਤੂੰ ਬ੍ਰਹਮ ਗਿਆਨੀ ਹੋ ਗਿਆ, ਤੇਰੀ ਬ੍ਰਹਮ ਗਿਆਨ ਵਾਲੀ ਅਵਸਥਾ ਬਣ ਗਈ ਆ, ਰੱਬ ਵਿੱਚ ਸੁਰਤ ਕਰਕੇ ਲੀਨ ਹੋ ਗਿਆ ਤੂੰ, ਇੱਕ ਕੰਮ ਹੁਣ ਹੋਰ ਕਰਿਆ ਕਰ। ਭਾਈ ਕਨਈਆ ਇੱਕ ਕੰਮ ਸੇਵਾ ਹੋਰ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਕਿਹੜੀ? ਭਾਈ ਕਨਈਆ ਜੀ ਨੇ ਹੱਥ ਜੋੜ ਲਏ, ਸਿਰ ਝੁਕਾ ਲਿਆ, ਪਾ ਦਿਓ ਮਹਾਰਾਜ ਝੋਲੀ 'ਚ ਸੇਵਾ। ਅੱਗੇ ਮਸ਼ਕ ਲੈ ਕੇ ਜਲ ਛਕਾਉਣ ਦੀ ਸੇਵਾ ਲਾਈ ਜੇ, ਹੋਰ ਲਾ ਦਿਓ ਸੇਵਾ ਮਹਾਰਾਜ, ਤੁਹਾਡਾ ਹੁਕਮ ਵਜਾ ਸਕਾਂ। ਕਹਿਣ ਲੱਗੇ ਆ ਲੈ ਫੜ ਮਲਮ ਅਤੇ ਆ ਲੈ ਫੜ ਪੱਟੀਆਂ। ਕੋਈ ਜ਼ਖਮ ਹੋਇਆ ਹੋਵੇ ਪੱਟੀ ਲਵੇੜਦੇ ਨਾ ਉਹਦੇ 'ਤੇ ਆਪਾਂ, ਇਹ ਕਹਿ ਰਹੇ ਕਲਗੀਧਰ ਪਾਤਸ਼ਾਹ। ਕਹਿੰਦੇ ਅੱਗੇ ਤਾਂ ਉਹਨਾਂ ਜ਼ਖਮੀਆਂ ਨੂੰ ਉਹ ਫੱਟੜ ਹੋਏ ਲੋਕਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕੱਲਾ ਜਲ ਹੀ ਛਕਾਉਣਾ ਨਾ, ਕਹਿੰਦੇ ਜਿੱਥੇ ਜਿੱਥੇ ਉਹਨਾਂ ਦੇ ਤਨ ਦੇ ਉੱਤੇ ਸਰੀਰ 'ਤੇ ਜ਼ਖਮ ਹੋਵੇ ਨਾ, ਫੱਟੜ ਹੋਣ ਲਹੂ ਵਗਦਾ ਹੋਵੇ, ਕਹਿੰਦੇ ਉੱਥੇ ਮਲਮ ਲਾ ਕੇ ਉੱਤੇ ਪੱਟੀ ਵੀ ਲਵੇਟ ਦਿਆ ਕਰ, ਮਲਮ ਪੱਟੀ ਵੀ ਕਰ ਦਿਆ ਕਰ, ਔਰ ਜੇ ਹੋ ਸਕੇ ਭਾਈ ਕਨਈਆ ਕਿਤੇ ਮੋਢੇ 'ਤੇ ਚੁੱਕ ਕੇ ਪਿੱਠ 'ਤੇ ਉਠਾ ਕੇ ਨਾ ਜਿੱਥੇ ਉਹਦਾ ਇਲਾਜ ਹੋ ਸਕਦਾ ਹੋਵੇ ਉੱਥੇ ਛੱਡ ਆਇਆ ਕਰ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਕਨਈਏ ਨੂੰ ਸਿੱਖਿਆ ਕੀ ਦੇ ਰਹੇ? ਮਲਮ ਪੱਟੀ ਵੀ ਕਰਿਆ ਕਰ, ਕਿਉਂਕਿ ਤੈਨੂੰ ਸਾਰਿਆਂ ਦੇ ਵਿੱਚੋਂ ਰੱਬ ਦਿਸਣ ਲੱਗ ਪਿਆ, ਸਾਰਿਆਂ 'ਚੋਂ ਤੈਨੂੰ ਸਤਿਗੁਰੂ ਨਜ਼ਰ ਆਉਣ ਲੱਗ ਪਿਆ। ਕਿਹੋ ਜਿਹਾ ਜੀਵਨ ਕਲਗੀਧਰ ਪਾਤਸ਼ਾਹ ਨੇ ਦਿੱਤਾ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਧਿਆਨ ਦਿਓ ਸੱਜਣੋ, ਗੁਰੂ ਨਾਨਕ ਦਾ ਘਰ ਆ ਜਿਹੜਾ, ਉਹ ਕਿਸੇ ਨਾਲ ਦਵੈਸ਼ ਈਰਖਾ ਅਤੇ ਦੁਸ਼ਮਣੀ ਨਹੀਂ ਰੱਖਦਾ। ਵੇਖੋ, ਭਾਵੇਂ ਛੇਵੇਂ ਪਾਤਸ਼ਾਹ ਨੇ ਵੀ ਜੰਗ ਲੜੇ ਆ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜੰਗਾਂ ਲੜੀਆਂ, ਪਰ ਜਿਤਨੇ ਜੰਗ ਲੜੇ ਆ ਨਾ ਉਹ ਨਿਮਾਣੇ ਲੋਕਾਂ ਦੀ ਖਾਤਰ, ਮਜ਼ਲੂਮਾਂ ਦੀ ਖਾਤਰ, ਜਿਹੜੇ ਗਰੀਬ ਅਨਾਥ ਲੋਕ ਆ ਉਹਨਾਂ ਦੀ ਖਾਤਰ, ਅਤੇ ਜ਼ੁਲਮ ਖਤਮ ਕਰਨ ਵਾਸਤੇ, ਜ਼ਾਲਮ ਨੂੰ ਖਤਮ ਕਰਨ ਵਾਸਤੇ। ਕਿਤੇ ਤੁਹਾਨੂੰ ਇਹ ਨਹੀਂ ਮਿਲ ਸਕਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਜੰਗ ਜਰ ਜੋਰੂ ਜਾਂ ਜ਼ਮੀਨ ਦੀ ਖਾਤਰ ਕਿਤੇ ਲੜਿਆ ਹੋਵੇ। ਅੱਜ ਤੱਕ ਗੁਰੂ ਨਾਨਕ ਦੇ ਘਰ ਤੋਂ ਬਿਨਾਂ, ਮਾਫ਼ ਕਰਿਓ, ਇਹ ਨਾ ਸਮਝਿਓ ਕਿ ਸ਼ਾਇਦ ਮੈਂ ਸਿੱਖ ਪ੍ਰਚਾਰਕ ਹਾਂ, ਸਿੱਖ ਧਰਮ ਦੀ ਗੱਲ ਕਰਦਾ ਤਾਂ ਇਹ ਗੱਲ ਕਹਿ ਰਿਹਾ, ਨਹੀਂ। ਜਿਹੜੇ ਮਰਜ਼ੀ ਮਤ ਮਜ਼ਹਬ ਧਰਮਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਿਓ, ਕੇਵਲ ਗੁਰੂ ਨਾਨਕ ਦਾ ਘਰ ਤੁਹਾਨੂੰ ਮਿਲੇਗਾ, ਗੁਰੂ ਨਾਨਕ ਦਾ ਦਰ ਮਿਲੇਗਾ, ਜਿਸ ਨੇ ਨਾ ਜਰ ਨਾ ਜੋਰੂ ਅਤੇ ਨਾ ਜ਼ਮੀਨ ਦੀ ਖਾਤਰ ਕੋਈ ਜੰਗ ਲੜਿਆ। ਜ਼ਰ ਦਾ ਅਰਥ ਹੁੰਦਾ ਧਨ ਦੌਲਤ, ਕਿਤੇ ਧਨ ਮਾਇਆ ਪ੍ਰਾਪਤ ਕਰਨ ਵਾਸਤੇ ਗੁਰੂ ਨਾਨਕ ਦੇ ਘਰ 'ਚ ਕੋਈ ਜੰਗ ਲੜਿਆ ਗਿਆ? ਜ਼ਰ ਧਨ ਦੌਲਤ, ਜੋਰੂ ਇਸਤਰੀ ਵਾਸਤੇ, ਔਰਤ ਵਾਸਤੇ ਕੋਈ ਜੰਗ ਲੜਿਆ ਗਿਆ? ਜ਼ਮੀਨ, ਕਿਤੇ ਜ਼ਮੀਨ ਦੀ ਖਾਤਰ ਕੋਈ ਰਾਜ ਭਾਗ ਲੈਣ ਵਾਸਤੇ, ਆਹ ਦੇਸ਼ ਮੇਰੇ ਅਧੀਨ ਹੋ ਜੇ, ਆ ਰਾਜ ਮੇਰੇ ਅਧੀਨ ਹੋ ਜੇ, ਮੈਂ ਇੱਥੋਂ ਦਾ ਬਾਦਸ਼ਾਹ ਬਣ ਜਾਵਾਂ, ਕੋਈ ਜੰਗ ਲੜਿਆ? ਅੱਜ ਤੱਕ ਦੁਨੀਆਂ ਵਿੱਚ ਜੰਗ ਬਹੁਤ ਲੜੇ ਗਏ, ਮਾਫ਼ ਕਰਿਓ, ਭਾਵੇਂ ਇਸਲਾਮ ਦੀ ਬਾਤ ਅਤੇ ਸੱਜਣੋ ਭਾਵੇਂ ਹਿੰਦੂ ਮਤ ਦੀ ਬਾਤ, ਬਹੁਤ ਜੰਗਾਂ, ਇਹਨੂੰ ਕਿਸੇ ਦੀ ਨਿੰਦਿਆ ਨਾ ਸਮਝਿਓ, ਸੱਚਾਈ ਸਮਝਿਓ। ਅੱਜ ਤੱਕ ਜਿੰਨੇ ਜੰਗ ਸੰਸਾਰ ਜਗਤ ਵਿੱਚ ਲੜੇ ਗਏ ਤਿੰਨਾਂ ਚੀਜ਼ਾਂ ਦੀ ਖਾਤਰ, ਜ਼ਰ ਜ਼ੋਰੂ ਅਤੇ ਜ਼ਮੀਨ, ਜਾਂ ਧਨ ਦੌਲਤ ਦੀ ਖਾਤਰ ਜੰਗ ਲੜਿਆ ਗਿਆ, ਜਾਂ ਕਿਸੇ ਔਰਤ ਦੀ ਖਾਤਰ ਜੰਗ ਲੜਿਆ ਗਿਆ, ਅਤੇ ਜਾਂ ਫਿਰ ਜ਼ਮੀਨ ਦੀ ਖਾਤਰ ਕਿ ਆਹ ਜ਼ਮੀਨ ਮੇਰੇ ਅਧੀਨ ਹੋ ਜੇ, ਮੈਂ ਇੱਥੋਂ ਦਾ ਰਾਜਾ ਬਾਦਸ਼ਾਹ ਬਣ ਜਾਵਾਂ, ਇਸ ਦੀ ਖਾਤਰ ਜੰਗ ਲੜੇ ਗਏ। ਗੁਰੂ ਨਾਨਕ ਦੇ ਘਰ 'ਚ ਕਦੇ ਵਾਸਤੇ ਜੰਗ ਲੜੇ? ਇਹਨਾਂ ਤਿੰਨਾਂ 'ਚੋਂ ਕਿਸੇ ਵਾਸਤੇ ਵੀ ਨਹੀਂ, ਧਰਮ ਦੀ ਖਾਤਰ, ਸੱਚ ਦੀ ਖਾਤਰ, ਕੌਮ ਦੀ ਖਾਤਰ, ਪੰਥ ਦੀ ਖਾਤਰ, ਗੁਰੂ ਗ੍ਰੰਥ ਦੀ ਖਾਤਰ, ਚੜ੍ਹਦੀ ਕਲਾ ਵਾਸਤੇ, ਮਜ਼ਲੂਮਾਂ, ਗਰੀਬਾਂ, ਅਨਾਥ, ਯਤੀਮ, ਲਤਾੜੇ ਹੋਏ ਲੋਕ ਅਤੇ ਗੁਲਾਮ ਲੋਕਾਂ ਨੂੰ ਉੱਚੇ ਚੁੱਕਣ ਵਾਸਤੇ ਜੰਗ ਲੜਿਆ। ਕਿਤੇ ਇੱਕ ਵੀ ਦਲੀਲ ਸਿੱਖ ਇਤਿਹਾਸ, ਗੁਰ ਇਤਿਹਾਸ 'ਚੋਂ ਕਿਤੇ ਮਿਲ ਜਾਵੇ, ਕਿਤੇ ਪੜ੍ਹ ਕੇ ਵੇਖਿਓ ਇਤਿਹਾਸ, ਕਿਤੇ ਇੱਕ ਵੀ ਦਲੀਲ ਮਿਲਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਲੜ ਕੇ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ, ਜੰਗ ਯੁੱਧ ਲੜ ਕੇ ਕੋਈ ਧਨ ਮਾਇਆ ਪਦਾਰਥਾਂ ਦੇ ਉੱਤੇ, ਕਿਸੇ ਦੀ ਦੌਲਤ ਦੇ ਉੱਤੇ ਕਬਜ਼ਾ ਕੀਤਾ ਹੋਵੇ? ਇੱਕ ਵੀ ਦਲੀਲ ਨਹੀਂ ਮਿਲੇਗੀ ਤੁਹਾਨੂੰ, ਸਗੋਂ ਓਏ ਉਹ ਮੇਰਾ ਬਾਜਾਂ ਵਾਲਾ ਸਤਿਗੁਰ। ਇਹ ਤਾਂ ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰ ਕਰਾਂਗੇ, ਉਹ ਬਾਜਾਂ ਵਾਲਾ ਦਸ਼ਮੇਸ਼ ਪਿਤਾ, ਉਹ ਤਾਂ ਦੇਸ਼ ਦੀ ਖਾਤਰ, ਕੌਮ ਦੀ ਖਾਤਰ,
ਪੰਥ ਦੀ ਖਾਤਰ, ਨਮਾਣੇ ਨਤਾਣੇ ਲਤਾੜੇ ਹੋਏ ਲੋਕਾਂ ਦੀ ਖਾਤਰ ਹੋਏ, ਆਪਣੇ ਪੁੱਤਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰ ਦਿੰਦਾ। ਉਹਨੂੰ ਅੱਜ ਸਰਬੰਸ ਦਾਨੀ ਕਹਿੰਦੇ ਹੋ, ਸਰਬੰਸ ਦਾਨ ਕਰ ਦਿੰਦਾ। ਧਨ ਮਾਇਆ ਦੀ ਖਾਤਰ ਦੂਜਿਆਂ ਦੇ ਪੁੱਤਾਂ ਨੂੰ ਮਰਵਾਉਂਦੀ ਦੁਨੀਆਂ 'ਤੇ ਬੜੀ ਵੇਖੀ, ਪਰ ਆਪਣੇ ਪੁੱਤਾਂ ਨੂੰ ਖੁਸ਼ੀ ਖੁਸ਼ੀ ਜੰਗ ਦੇ ਮੈਦਾਨ ਵਿੱਚ ਚਮਕੌਰ ਦੀ ਗੜੀ ਦੇ ਬਾਹਰ ਤੋਰਦਾ ਵੇਖਿਆ। ਕੇਵਲ ਬਾਜਾਂ ਵਾਲਾ ਮਾਂ ਗੁਜਰੀ ਦਾ ਲਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰਦਾਤਾ, ਔਰ ਆਪਣੇ ਪੁੱਤਾਂ ਨੂੰ ਤੋਰ ਕੇ ਜਦੋਂ ਪੁੱਤ ਮੌਤ ਦੀ ਗੋਦ ਵਿੱਚ ਚਲੇ ਜਾਂਦੇ ਆ, ਚਮਕੌਰ ਦੀ ਗੜੀ ਦੀ ਕੱਚੀ ਹਵੇਲੀ ਦੀ ਛੱਤ ਦੇ ਉੱਤੇ ਬੈਠਾ ਉਹ ਬਾਜਾਂ ਵਾਲਾ ਉੱਚੀ ਉੱਚੀ ਆਵਾਜ਼ ਵਿੱਚ ਬੋਲੇ ਸੋ ਨਿਹਾਲ ਅਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦਾ ਵਾ। ਭਾਈ ਦਇਆ ਸਿੰਘ ਨੇ ਕਹਿ ਦਿੱਤਾ ਸੀ ਬਾਜਾਂ ਵਾਲੇ ਦਾਤੇ ਦਸ਼ਮੇਸ਼ ਪਿਤਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਮੌਤ ਦੇ ਮੂੰਹ 'ਚ ਚਲਾ ਗਿਆ, ਸ਼ਹਾਦਤ ਦਾ ਜਾਮ ਪੀ ਗਿਆ ਉਹ। ਬਾਬਾ ਜੁਝਾਰ ਸਿੰਘ ਤੁਹਾਡਾ 14 ਸਾਲ ਦਾ ਪੁੱਤ ਸ਼ਹਾਦਤ ਦਾ ਜਾਮ ਪੀ ਗਿਆ ਜੰਗ ਦੇ ਮੈਦਾਨ 'ਚ, ਕਿਹੜੀ ਖੁਸ਼ੀ ਦੇ ਵਿੱਚ ਜਕਾਰੇ ਛੱਡਦੇ ਹੋ, ਕਿਹੜੀ ਖੁਸ਼ੀ ਵਿੱਚ ਬੋਲੇ ਸੋ ਨਿਹਾਲ ਅਤੇ ਸਤਿ ਸ੍ਰੀ ਅਕਾਲ ਦੀਆਂ ਗੂੰਜਾਂ ਪੈ ਰਹੀਆਂ। ਬਾਜਾਂ ਵਾਲੇ ਦਾਤੇ ਨੇ ਇੱਕ ਗੱਲ ਆਖੀ ਸੀ, ਪਤਾ ਕਿਹੜੀ? ਭਾਵੇਂ ਵਿਸਥਾਰ ਸਹਿਤ ਆਉਣ ਵਾਲੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਸਾਹਿਬਜ਼ਾਦਿਆਂ ਦੇ ਦਿਨਾਂ 'ਚ ਆਪਾਂ ਜ਼ਿਕਰ ਕਰਾਂਗੇ, ਪਰ ਬਾਜਾਂ ਵਾਲੇ ਦਾਤੇ ਨੇ ਆਖਿਆ ਸੀ, ਦਇਆ ਸਿੰਘ ਅੱਜ ਮੇਰੇ ਪੁੱਤਾਂ ਨੇ ਸ਼ਹਾਦਤ ਦਾ ਜਾਮ ਪੀਤਾ, ਅੱਜ ਮੈਂ ਬੜਾ ਖੁਸ਼ ਹਾਂ, ਅੱਜ ਮੈਂ ਬੜਾ ਪ੍ਰਸੰਨ ਹਾਂ। ਮਹਾਰਾਜ ਕੀ ਗੱਲ? ਕਹਿਣ ਲੱਗੇ ਇਸ ਕਰਕੇ ਖੁਸ਼ ਹਾਂ ਦਇਆ ਸਿੰਘ, ਅੱਜ ਤੱਕ ਲੋਕ ਮੈਨੂੰ ਸ਼ਹੀਦ ਬਾਪ ਦਾ ਬੇਟਾ ਕਹਿੰਦੇ ਆ, ਕਿ ਗੁਰੂ ਗੋਬਿੰਦ ਸਿੰਘ ਸ਼ਹੀਦ ਬਾਪ ਦਾ ਬੇਟਾ ਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਚੁਰਾਏ 'ਚ ਦਿੱਲੀ ਸ਼ਹਾਦਤ ਦਾ ਜਾਮ ਪੀਤਾ, ਲੋਕ ਮੈਨੂੰ ਅੱਜ ਤੱਕ ਸ਼ਹੀਦ ਬਾਪ ਦਾ ਬੇਟਾ ਕਹਿੰਦੇ ਆ, ਕਹਿੰਦੇ ਅੱਜ ਬੜਾ ਮੇਰੇ ਵਾਸਤੇ ਖੁਸ਼ੀ ਦਾ ਦਿਨ ਆ। ਮਹਾਰਾਜ ਕੀ ਗੱਲ, ਪੁੱਤ ਸ਼ਹੀਦ ਹੋ ਗਏ ਤੁਹਾਡੇ 'ਤੇ ਖੁਸ਼ੀ ਕਿਹੜੀ? ਕਹਿੰਦੇ ਅੱਜ ਮੈਂ ਇਕੱਲਾ ਸ਼ਹੀਦ ਬਾਪ ਦਾ ਬੇਟਾ ਹੀ ਨਹੀਂ ਰਹਿ ਗਿਆ, ਅੱਜ ਮੈਂ ਸ਼ਹੀਦ ਬੇਟਿਆਂ ਦਾ ਬਾਪ ਵੀ ਬਣ ਗਿਆ। ਇੱਕੋ ਇੱਕ ਪੈਗੰਬਰ ਇਸ ਧਰਤੀ 'ਤੇ ਸ਼ਹੀਦ ਬਾਪ ਦਾ ਬੇਟਾ, ਸ਼ਹੀਦ ਮਾਂ ਦਾ ਪੁੱਤ ਅਤੇ ਸ਼ਹੀਦ ਬੇਟਿਆਂ ਦਾ ਬਾਪ, ਅਗਰ ਇਸ ਧਰਤੀ 'ਤੇ ਕੋਈ ਪੈਗੰਬਰ ਰਹਿਬਰ ਹੈ, ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕੇਵਲ ਕਲਗੀਧਰ ਪਾਤਸ਼ਾਹ, ਜਿਹੜਾ ਆਪ ਸਰਬੰਸ ਲਟਾ ਕੇ ਕਹਿੰਦਾ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨੇਰਾ। ਅਗਰ ਪੁੱਤ ਦਾਨ ਕਰਦਾ, ਸਰਬੰਸ ਦਾਨ ਕਰਦਾ ਇਸ ਧਰਤੀ 'ਤੇ ਕੋਈ ਵੇਖਿਆ ਮਾਂ ਗੁਜਰੀ ਦਾ ਲਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਰਤੇ ਕੀਆਂ ਬਾਤਾਂ।